ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਕੋਈ ਨਾ ਕੁਝ ਜ਼ਰੂਰ ਨਵਾਂ ਲੈ ਕੇ ਆਵਾਂਗਾ ਤੁਹਾਡੇ ਵਾਸਤੇ। ਅੱਜ ਫਿਰ ਮੈਂ ਤੁਹਾਡੇ ਵਾਸਤੇ ਕੈਸੀ ਅਛੂਤੀ ਕਹਾਣੀ ਲੈ ਕੇ ਆਇਆ, ਔਰ ਇੱਕ ਐਸੀ ਚੀਜ਼ ਲੈ ਕੇ ਆਇਆ ਕਿ ਜਿਹਦੇ ਨਾਲ ਸ਼ਾਇਦ ਕੁਝ ਸੰਤਾਂ ਜਿਹੜੀਆਂ ਨੇ ਉਹ ਨਾਰਾਜ਼ ਹੋਣਗੀਆਂ ਔਰ ਕੁਝ ਖੁਸ਼ ਹੋਣਗੀਆਂ, ਲੇਕਿਨ ਇਸ ਹਿਸਟਰੀ ਦੇ ਫੈਕਟਸ ਨੇ ਇਹਨਾਂ ਨੂੰ ਹੁਣ ਕਬੂਲ ਕਰਨਾ ਪਏਗਾ ਦੋਵਾਂ ਪਾਸੇ। ਕਿ ਉਹ ਆਪਣਾ ਰਾਜ ਕਾਕੜਾ ਕਹਿੰਦਾ ਕਿ ਉੱਧਰ ਟਹਿ ਗਈਆਂ ਮਸਜਿਦਾਂ ਅਤੇ ਇੱਧਰ ਟਹਿ ਗਏ ਗੁਰਦੁਆਰੇ, ਅਤੇ ਦੋਵਾਂ ਪਾਸੇ ਹਿਸਾਬ ਬਰਾਬਰ ਹੀ ਹੈ। ਈਸਟ ਪੰਜਾਬ ਦੀਆਂ ਮਸੀਤਾਂ ਦੇਖੋ ਅਤੇ ਉਹਨਾਂ ਦਾ ਬੁਰਾ ਹਾਲ, ਅਤੇ ਜੇ ਵੈਸਟ ਪੰਜਾਬ ਦੇ ਗੁਰਦੁਆਰਿਆਂ ਦਾ ਮੰਦਰਾਂ ਦਾ ਹਾਲ ਦੇਖੋ ਅਤੇ ਉਹ ਇੱਕੋ ਜਿਹਾ ਹੈ। ਕਿਹਨੂੰ ਦੋਸ਼ੀ ਠਹਿਰਾਈਏ, ਕਿਹਨੂੰ ਕਸੂਰਵਾਰ ਕਹੀਏ, ਕੋਈ ਸਮਝ ਨਹੀਂ ਆਉਂਦੀ। ਲੇਕਿਨ ਬਰਕੈਫ ਮੈਂ ਆਪਣੇ ਜਨੂੰਨ ਦੇ ਤਹਿਤ ਅੱਜ ਇੱਕ ਐਸੀ ਜਗ੍ਹਾ 'ਤੇ ਪਹੁੰਚਿਆ ਵਾਂ ਕਿ ਜਿਹੜਾ ਮੇਰਾ ਸਮਝ ਲਓ ਕਿ ਦਰੀਨਾ ਖੁਆਬ ਸੀ, ਮੇਰੀ ਖੁਆਇਸ਼ ਸੀ, ਉਹ ਮੇਰੀ ਪੂਰੀ ਹੋ ਗਈ। ਅੱਜ ਮੈਂ ਆਇਆ ਹਾਂ ਸੰਤਪੁਰਾ। ਸੰਤਪੁਰਾ ਜਿਹੜਾ ਇਹ ਵੈਸਟ ਵਾਲੀ ਸਾਈਡ 'ਤੇ ਆਉਂਦਾ, ਖਾਰੀਆਂ ਤੋਂ, ਖਾਰੀਆਂ ਕਹਿਣ ਤੋਂ ਅਗਰ ਵੈਸਟ ਵਾਲੀ ਸਾਈਡ 'ਤੇ ਤੁਸੀਂ ਆਓ ਤਾਂ ਸੰਤਪੁਰਾ, ਧੋਰੀਆ ਔਰ ਫਰਾਰਾ, ਇਹ ਜਿਹੜੀਆਂ ਏਰੀਏ ਨੇ, ਇਹਨਾਂ ਦੇ ਵਿੱਚ ਸਿੱਖ ਹਿਸਟਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਛੁਪੀ ਹੋਈ ਹੈ। ਲੇਕਿਨ ਆਮ ਲੋਕਾਂ ਤਾਂ ਪਤਾ ਨਹੀਂ ਚੱਲਦਾ, ਲੇਕਿਨ ਖੋਜ ਲਾਇਆਂ ਹੀ ਪਤਾ ਚੱਲਦਾ ਕਿ ਕਿਹੜੀ ਚੀਜ਼ ਕਿੱਥੇ ਹੈ। ਅਤੇ ਅੱਜ ਮੈਂ ਇੱਕ ਬੜੀ ਇਤਿਹਾਸਿਕ ਜਗ੍ਹਾ, ਬੜੀ ਤਾਰੀਖੀ ਜਗ੍ਹਾ ਜਿਹੜੀ ਹੈ ਉਹਦੇ 'ਤੇ ਇੱਕ ਸਥਾਨ 'ਤੇ ਆਇਆ ਵਾਂ, ਜਿਹੜਾ ਮੈਂ ਤੁਹਾਨੂੰ ਤਾਰਫ ਕਰਵਾਉਂਦਾ ਚੱਲਾਂ ਕਿ ਇਹਨੂੰ ਕਦੀ ਗੁਰਦੁਆਰਾ ਕਿਹਾ ਜਾਂਦਾ ਅਤੇ ਕੁਝ ਲੋਕ ਇਹਨੂੰ ਧਰਮਸ਼ਾਲ ਕਹਿੰਦੇ ਨੇ, ਕਿਉਂਕਿ ਬਿਫੋਰ ਦਾ ਗੁਰਦੁਆਰਾ ਜਿਹੜੀ ਸੰਤਾਂ ਸਨ ਉਹ ਧਰਮਸ਼ਾਲ ਹੀ ਯੂਜ਼ ਕਰਦੀਆਂ ਸਨ, ਵਰਡ ਜਿਹੜੀ ਸੀ, ਜਿੱਥੇ ਸਿੱਖ ਔਰ ਹਿੰਦੂ ਰਲ ਕੇ ਪ੍ਰੇਅਰਸ ਕਰਦੇ ਸਨ, ਆਪਣੀਆਂ ਵਰਸ਼ਿਪ ਕਰਦੇ ਸਨ। ਅਤੇ ਸਟਾਰਟਅਪ ਲੈਂਦੇ ਹਾਂ ਅਸੀਂ ਜਿਹੜਾ ਗੁਰਦੁਆਰੇ ਦੇ ਖੂਹ ਤੋਂ। ਆਓ ਜੀ ਮਿੱਤਰ ਸਾਹਿਬ, ਇਹ ਮੇਨ ਰਸਤਾ ਜਿੱਥੋਂ ਗੁਰਦੁਆਰੇ ਦਾ ਸਟਾਰਟਅਪ ਹੁੰਦਾ ਹੈ। ਇਹ ਰਸਤਾ ਬਿਲਕੁਲ ਸਟੇਟਲੀ ਜਿਹੜਾ ਉਹ ਗੁਰਦੁਆਰੇ ਤੱਕ ਜਾਂਦਾ ਸੀ। ਇਹ ਖੂਹ ਹੈ ਜੀ, ਇਹ ਸੰਤਾਂ ਦੇ ਹੱਥ ਦਾ ਬਣਿਆ ਹੋਇਆ ਖੂਹ ਹੈ, ਕਿਉਂਕਿ ਪਿੰਡ ਦਾ ਨਾਮ ਹੀ ਸੰਤਪੁਰਾ ਹੈ। ਅਤੇ ਇਹ ਜਿਹੜਾ ਖੂਹ ਹੈ ਉਹ ਇਸ ਵੇਲੇ ਬਹੁਤ ਬੁਰੀ ਹਾਲਤ ਵਿੱਚ ਹੈ, ਕਿਉਂਕਿ ਇਹਦੇ 'ਚ ਬੋਰਡ ਨਿਕਲ ਆਏ ਨੇ ਔਰ ਬੋਰਡਾਂ ਨੇ ਇਹਨੂੰ ਚਾਰੋਂ ਪਾਸੋਂ ਕਵਰ ਕਰ ਦਿੱਤਾ। ਇਸ ਖੂਹ ਦੇ ਮੁਤਲਕ ਇਹ ਵੇ ਕਿ ਵੀ ਜਿੱਥੇ ਜਿੱਥੇ ਗੁਰਦੁਆਰਾ ਹੁੰਦਾ ਸੀ, ਗੁਰਦੁਆਰੇ ਦੇ ਨਾਲ ਜਿਹੜਾ ਸੀ ਉਹ ਖੂਹ ਬਣਾਇਆ ਜਾਂਦਾ ਸੀ। ਅਤੇ ਇਸ ਵਾਸਤੇ ਇਸ ਜਗ੍ਹਾ ਤੋਂ ਮੇਰਾ ਖਿਆਲ ਪਾਣੀ ਭਰਨ ਦੀ ਕੋਈ ਜਗ੍ਹਾ ਵੀ ਹੈ, ਇਸ਼ਨਾਨ ਵਾਸਤੇ ਇੱਕ ਪਾਸੇ ਜਿਹੜੇ ਨੇ ਉਹ ਬਣਾਏ ਗਏ ਸਨ। ਇਹ ਸਾਹਮਣੇ ਜਿਹੜੇ ਨਿਸ਼ਾਨ ਨੇ ਇਹ ਇਸ਼ਨਾਨ ਵਾਸਤੇ ਨੇ। ਆਓ ਮੈਂ ਦੱਸਿਆ ਜ਼ਰਾ ਜੀ, ਸ਼ਾਇਦ ਮੈਂ ਵਿੱਚ ਜੰਗਲ ਦੇ ਗਾਇਬ ਹੋ ਜਾਵਾਂ ਅਤੇ ਮੈਨੂੰ ਲੱਭ ਲਿਓ। ਇਹ ਜੀ ਵਿਸ਼ਾਲ ਬਿਲਡਿੰਗ ਹੈ ਜਿਹਨੂੰ ਕਿ ਧਰਮਸ਼ਾਲ ਔਰ ਗੁਰਦੁਆਰਾ ਕਿਹਾ ਜਾਂਦਾ ਹੈ। ਇਹ ਸੰਤਪੁਰਾ, ਫਿਰ ਦੱਸਾਂਗਾ ਇੱਕ ਵਾਰੀ, ਖਾਰੀਆਂ ਕੈਂਟ ਤੋਂ ਵੈਸਟ ਵਾਲੀ ਸਾਈਡ ਦੇ ਉੱਤੇ ਤਕਰੀਬਨ ਕੋਈ 3.5 ਤੋਂ 4 ਕਿਲੋਮੀਟਰ ਦਾ ਫਾਸਲਾ ਟੋਟਲ, ਔਰ ਉੱਥੇ ਆ ਕੇ ਸੰਤਪੁਰਾ ਸ਼ੁਰੂ ਹੁੰਦਾ। ਔਰ ਸੰਤਪੁਰਾ ਦੇ ਵਿੱਚ ਜਿਹੜਾ ਮਿਰਜ਼ਾ ਸਾਹਿਬ ਇਜ਼ਾਫਾ ਕਰਨਗੇ ਕਿ ਆਪਣੇ ਗਰੁੱਪ ਦੀ ਇੱਕ ਮੈਂਬਰ ਨੇ, ਉਹਨਾਂ ਦਾ ਨਾਮ ਦੱਸੋ। ਦਵਿੰਦਰ ਕੌਰ ਜੀ ਨੇ ਆਪਣੇ ਗਰੁੱਪ ਦੇ ਮੈਂਬਰ ਨੇ ਪਿਆਰਾ ਨਨਕਾਣਾ ਸਾਹਿਬ ਹਿਸਟੋਰੀਅਨਸ ਦਾ ਇੱਕ ਗਰੁੱਪ ਹੈ ਜਿੱਥੇ ਅਸੀਂ ਹਿਸਟੋਰੀਕਲ ਫੈਕਟਸ ਜਿਹੜੇ ਨੇ ਡਿਸਕਸ ਕਰਨੇ ਆ ਆਲ ਓਵਰ ਦਾ ਵਰਲਡ। ਸਾਡੇ ਤਮਾਮ ਜਿੰਨੇ ਵੀ ਵਿਊਵਰਸ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਪਿਆਰਾ ਨਨਕਾਣਾ ਸਾਹਿਬ ਦੇ ਵਿੱਚ ਸਿਰਫ ਤਾਰੀਖ ਦੇ ਮੁਤਲਕ ਗੱਲਾਂ ਕਰਨੇ ਹਾਂ। ਤੁਸੀਂ ਵੀ ਜਿੱਥੇ ਵੀ ਉਹ ਸੁਣ ਰਹੇ ਹੋ ਮੇਰਾ ਪ੍ਰੋਗਰਾਮ, ਤਾਂ ਤੁਸੀਂ ਪਿਆਰਾ ਨਨਕਾਣਾ ਸਾਹਿਬ ਗਰੁੱਪ ਜਿਹੜਾ ਉਹ ਜੁਆਇਨ ਕਰੋ। ਔਰ ਅਗਰ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ, ਯੇ ਹੈ ਮੇਰਾ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਦੇ ਨਾਲ ਖੋਰੇ ਸੱਚ ਸੰਤਾਲੀ ਦੇ। ਔਰ ਰੀਸੈਂਟਲੀ ਅਸੀਂ ਜਿਹੜਾ ਸ਼ੁਰੂ ਕੀਤਾ ਹੈ ਉਹ ਪੇਜ ਸ਼ੁਰੂ ਕੀਤਾ ਹੈ ਪਾਕਿਸਤਾਨ ਹੈਰੀਟੇਜ ਕਲੱਬ। ਪਾਕਿਸਤਾਨ ਹੈਰੀਟੇਜ ਕਲੱਬ ਦੇ ਮੈਂਬਰ ਬਣੋ ਔਰ ਤੁਸੀਂ ਇਹਨਾਂ ਸਾਰੀਆਂ ਜਗ੍ਹਾ 'ਤੇ ਵਿਜ਼ਿਟ ਕਰ ਸਕਦੇ ਹੋ ਮੇਰੇ ਨਾਲ, ਮਿਰਜ਼ਾ ਸਾਹਿਬ ਨਾਲ, ਸ਼ੁਏਬ ਰਜ਼ਾ ਸਾਹਿਬ ਨਾਲ, ਔਰ ਆਪਣੇ ਜਿਹੜੇ ਬਾਕੀ ਵੀਰ ਨੇ ਇਮਤਿਆਜ਼ ਹੁਸੈਨ ਇਮਤਿਆਜ਼ ਸਾਹਿਬ ਨੇ, ਫਿਰ ਉਸ ਤੋਂ ਬਾਅਦ ਕਾਸ਼ਿਫ ਗੁਰਕੀ ਨੇ ਔਰ ਫੈਜ਼ਾਨ ਅਬਾਸ ਨੇ। ਇਹ ਤਮਾਮ ਮੈਂਬਰ ਜਿਹੜੇ ਨੇ ਇਹਨਾਂ ਦੇ ਨਾਲ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਤਮਾਮ ਤਾਰੀਖੀ ਮੁਕਾਮਾਤ, ਕਿਉਂਕਿ ਪਾਕਿਸਤਾਨ ਦੇ ਪੰਜਾਬ ਜਿਹੜਾ ਬਹੁਤ ਵੱਡਾ ਪੰਜਾਬ ਹੈ, ਇਹਦੀਆਂ ਨੁਕਰਾਂ ਕਿੱਥੇ ਕਿੱਥੇ ਜਾ ਕੇ ਸੂਬਿਆਂ ਨਾਲ ਮਿਲਦੀਆਂ ਨੇ। ਔਰ ਇਸ ਲਈ ਇਹ ਤਮਾਮ ਵੀਰ ਜਿਹੜੇ ਮੇਰੇ ਨੇ ਹਿਸਟਰੀ ਦਾ ਕੰਮ ਕਰ ਰਹੇ ਨੇ, ਇਹਨਾਂ ਨੂੰ ਮੈਂ ਇੱਕ ਫੋਰਮ 'ਤੇ ਇਕੱਠਾ ਕੀਤਾ, ਮੇਰੇ ਦਰੀਨਾ ਖੁਆਇਸ਼ ਸੀ। ਅਤੇ ਇਸ ਇਸ ਜਗ੍ਹਾ 'ਤੇ ਤੁਸੀਂ ਅਗਰ ਮੈਂਬਰ ਬਣਦੇ ਹੋ ਪਾਕਿਸਤਾਨ ਹੈਰੀਟੇਜ ਕਲੱਬ ਦੇ,
ਤੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਔਰ ਤੁਸੀਂ ਫੋਟੋ ਵਾਕ ਕਰ ਸਕਦੇ ਹੋ। ਬਹੁਤ ਜਲਦ ਮੈਂ ਫੋਟੋ ਵਾਕਸ ਵੀ ਸ਼ੁਰੂ ਕਰਵਾਵਾਂਗਾ ਔਰ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਦੁਨੀਆ ਦੇ ਉੱਤੇ ਇਸ ਤਮਾਮ ਹੈਰੀਟੇਜ ਨੂੰ ਮੈਂ ਕਿਸ ਤਰੀਕੇ ਨਾਲ ਐਕਸਪਲੋਰ ਕਰਨਾ ਵਾਂ। ਆਓ ਮਿਲੋ ਸਰ। ਆਲਮੋਸਟ ਮੈਂ ਗਵਾਚ ਹੀ ਗਿਆ ਵਾਂ, ਵੇਖ ਲਓ। ਆਰਾਮ ਨਾਲ ਆਰਾਮ ਨਾਲ ਤੁਸੀਂ ਦੇਖ ਰਹੇ ਹੋ ਕਿ ਇੱਥੇ ਕੀ ਆਲਮ ਹੈ। ਰਿਸਰਚ ਕਰਨਾ ਕੋਈ ਇੰਨਾ ਆਸਾਨ ਕੰਮ ਨਹੀਂ ਹੁੰਦਾ, ਬਹੁਤ ਔਖਾ ਕਿਸੇ ਵੀ ਜਗ੍ਹਾ ਦੇ ਉੱਤੇ, ਸਾਵਣ ਵਿੱਚ ਔਰ ਖਾਸ ਕਰਕੇ ਸਾਵਣ ਭਾਦਰੋਂ ਦੇ ਵਿੱਚ। ਹੈ ਜੀ, ਮੈਂ ਮੇਨ ਐਂਟਰੈਂਸ 'ਤੇ ਆ ਗਿਆ ਵਾਂ। ਐ ਮਿਰਜ਼ਾ ਸਾਹਿਬ, ਜ਼ਰਾ ਕਲੋਜ਼ ਕਰੋ, ਟੈਕਸ ਜਿਹੜਾ ਉਹ ਦਿਖਾਓ। ਗੱਲ ਇਹ ਵੇ ਕਿ ਤੁਸੀਂ ਸਾਰੇ ਗਾਈਡ ਕਰੋਗੇ, ਮੈਂ ਫਿਲਹਾਲ ਇਹਨੂੰ ਪੂਰਾ ਕੋਈ ਨਾਮ ਨਹੀਂ ਦਿੰਦਾ ਵਾਂ ਜਦੋਂ ਤੱਕ ਮੈਨੂੰ ਇਸ ਬਾਰੇ ਕਲੀਅਰ ਨਹੀਂ ਹੋਏਗਾ ਕਿ ਇਹ ਵਿਸ਼ਾਲ ਬਿਲਡਿੰਗ ਜਿਹੜੀ ਹੈ ਉਹ ਕੀ ਚੀਜ਼ ਹੈ, ਧਰਮਸ਼ਾਲਾ ਹੈ ਜਾਂ ਗੁਰਦੁਆਰਾ ਹੈ। ਇਹ ਫਸਟ ਫਲੋਰ ਹੈ ਔਰ ਇਹ ਇੰਟਰਸਟ ਹੈ, ਇਹਦੀ ਮੇਨ ਇੰਟਰਸਟ ਹੈ। ਇਹ ਦੇਖੋ ਤੁਸੀਂ ਕਿੰਨੇ ਖੂਬਸੂਰਤ ਪਿਲਰਸ ਨੇ ਇਹਦੇ ਬਣੇ ਹੋਏ ਔਰ ਇੱਥੇ ਇੰਟਰਸਟ ਦੇ ਉੱਤੇ ਤਕਰੀਬਨ ਪੁਰਾਣੇ ਸਟਰਕਚਰ 'ਚ ਜਿੱਥੇ ਵੀ ਹੈ ਤੁਸੀਂ ਦੇਖੋ ਅਤੇ ਬੈਠਣ ਵਾਸਤੇ ਜਗ੍ਹਾ ਹੁੰਦੀ ਹੈ। ਇਹ ਜੀ ਗੁਰਦੁਆਰੇ ਦਾ ਅੰਦਰ ਦਾ ਹਿੱਸਾ ਜੋ ਕਿ ਬਿਲਕੁਲ ਢਹਿਣ ਦੇ ਕਰੀਬ ਹੈ, ਡਿੱਗਣ ਦੇ ਕਰੀਬ ਹੈ। ਭੋ ਵਾਲਾ ਅੰਦਰ ਹੈ ਬਣਿਆ ਹੋਇਆ ਇਸ ਵੇਲੇ, ਇਹ ਭੋ ਇਕੱਠਾ ਕੀਤਾ ਹੋਇਆ ਔਰ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹਨੂੰ ਜਾਨਵਰ ਬੰਨੇ ਹੋਏ ਨੇ। ਵੈਰੀ ਸ਼ੇਮਫੁਲ, ਮੈਨੂੰ ਬਹੁਤ ਸ਼ਰਮ ਆ ਰਹੀ ਹੈ ਸਾਰਾ ਕੁਝ ਦਿਖਾਉਂਦੇ ਹੋਏ, ਲੇਕਿਨ ਮੈਂ ਕਿਹਾ ਹੋਇਆ ਕਿ ਮੈਂ ਸੱਚ ਦਿਖਾਵਾਂਗਾ। ਇਹ ਖੋਰੇ ਸੱਚ ਨੇ 47 ਦੇ, 47 ਤੋਂ ਬਾਅਦ ਅਸੀਂ ਇੱਕ ਦੂਜੇ ਤੋਂ ਕਿੰਨਾ ਪਿਆਰ ਕਰਨੇ ਹਾਂ ਇੱਕ ਦੂਜੇ ਨੂੰ, ਇਹ ਤੁਸੀਂ ਦੇਖ ਸਕਦੇ ਹੋ। ਬਹੁਤ ਮਿਹਨਤ ਕੀਤੀ ਗਈ ਹੈ। ਇਹ ਫਸਟ ਫਲੋਰ ਹੈ, ਫਸਟ ਫਲੋਰ ਦੀ ਹਾਲਤ ਬਹੁਤ ਜ਼ਿਆਦਾ ਡੇਂਜਰਸ ਹੈ ਜਿਹਦੀ ਵਜ੍ਹਾ ਨਾਲ ਮੈਂ ਉੱਤੇ ਨਹੀਂ ਜਾ ਸਕਦਾ, ਵਰਨਾ ਤੁਹਾਨੂੰ ਮੈਂ ਉਤਲਾ ਪੋਰਸ਼ਨ ਵੀ ਜਾ ਕੇ ਮੈਂ ਦਿਖਾਵਾਂ। ਇਹ ਛੱਤ ਗਿਰ ਗਈ ਹੈ ਔਰ ਇਹ ਪੋਰਸ਼ਨ ਦੇਖੋ ਤੁਸੀਂ ਡਿੱਗਿਆ ਪਿਆ। ਸਟਰਕਚਰ ਬਾਰੇ ਅਰਲੀ ਮੇਰੇ ਖਿਆਲ 1900 ਦੇ ਵਿੱਚ ਹੀ ਕਿਤੇ ਬਣਿਆ ਹੋਇਆ, 1910-15 ਤੋਂ ਬਾਅਦ ਦੀ ਹੀ ਬਿਲਡਿੰਗ ਹੈ ਲੱਗ ਰਹੀ ਹੈ, ਕੋਈ ਜ਼ਿਆਦਾ ਪੁਰਾਣੀ ਨਹੀਂ ਹੈ। ਮੋਰ ਦੈਨ ਬੜੀ ਵੀ ਹੱਦ ਹੋਈ ਤਾਂ 90 ਈਅਰਸ ਓਲਡ ਹੋ ਸਕਦੀ ਹੈ ਪ੍ਰੀ ਪਾਰਟੀਸ਼ਨ ਤੋਂ। ਮੈਨੂੰ ਬਹੁਤ ਅਫਸੋਸ ਹੁੰਦਾ ਜਦੋਂ ਮੈਂ ਇਸ ਤਰ੍ਹਾਂ ਦੇ ਸਥਾਨ ਦਿਖਾਉਂਦਾ ਵਾਂ ਅਤੇ ਮੈਨੂੰ ਇਹ ਸਾਰਾ ਕੁਝ ਦੇਖਣ ਨੂੰ ਮਿਲਦਾ ਔਰ ਮੈਂ ਅੱਗੇ ਇਹ ਬਲੈਕ ਐਂਡ ਵਾਈਟ ਟਾਈਲ ਜਿਹੜੀ ਕਿ ਹਰ ਗੁਰਦੁਆਰੇ ਔਰ ਹਰ ਮੰਦਿਰ ਵਿੱਚ ਤੁਹਾਨੂੰ ਦੇਖਣ 'ਚ ਮਿਲਦੀ ਹੈ, ਖੂਬਸੂਰਤ ਡਿਜ਼ਾਇਨ ਬਣਾਏ ਗਏ ਸਨ ਜਿਸ ਵੇਲੇ ਇਹਨੂੰ ਤਾਮੀਰ ਕੀਤਾ ਗਿਆ ਸੀ। ਔਰ ਅਫਸੋਸ ਹੁੰਦਾ ਕਿ ਵੀ ਕੋਈ ਵੀ ਦੇਖ ਰੇਖ ਨਾ ਹੋਣ ਪਾਰੋਂ ਇਸ ਚੀਜ਼ ਦੇ ਮੁਤਲਕ ਜਿਹੜਾ ਉਹ ਇਹ ਅਫਸੋਸ ਹੁੰਦਾ ਦਿਖਾਉਣ ਲੱਗਿਆਂ।
मैं फर्स्ट फ्लोर ते जाना चाह रहा सी, लेकिन फर्स्ट फ्लोर दे उत्ते जाया नहीं जा सकता। बड़ा सॉलिड स्ट्रक्चर बनाया गया सी, लेकिन हुन ते वीराना ही रह गया और नियर टू डिमोलिश है। मैं किसी को सुनया सी गुरुद्वारा श्री छेवीं पातशाही जिहड़ा सी वह इत्थे सी, लेकिन जब तक इहदा कोई प्राइमरी सोर्स नहीं मिलेगा मैं उस वक्त तक इसनूं डिकलेयर नहीं करांगा। बैक साइड है गुरुद्वारे की, इतों तुम देखो यह स्टेयर्स ने ते जा रही ने फर्स्ट फ्लोर वास्ते, और बोर्ड के दरखत जड़े ने वो निकल चुके ने, दीवारां फट रही ने। गल उही आ जाती है कि उजड़ गए वो बाग जिसके लाखों माली थे, संगतां ने किन्ने चाह दे नाल और किन्ने प्यार नाल इहनूं संतपुरा विच बनवाया होएगा। मैं हाँ तुहाडा अपना होस्ट बाबा जी, सेव हिस्टोरिकल प्लेसिस ऑफ पाकिस्तान, सेव गुरुद्वाराज एंड टेंपल्स ऑफ पाकिस्तान, पंजाब पेज द हेरिटेज ऑफ पाकिस्तान, पाकिस्तान हेरिटेज क्लब, पिशावरी सिंह, तमाम पेजिस दे नाल मैं तुहाडा अपना होस्ट बाबा जी। और ज्वाइन करो ग्रुप प्यारा ननकाना और देखो हिस्ट्री नवी तो नवी कि असी की खोजने हैं, मेरे बाकी दे दोस्त की खोजते हैं। तुसी देख रहे हो गुरुद्वारा साहिब संतपुरा, कॉन्सैप्ट तो उही है, चारों पासे जड़ा है बारादरी की शक्ल से बने हुआ है, 12 तकरीबन ये दरवाजे ने थले। अमूमन इस तरह दारादरियाँ अगर बनिया हो तो गुरुद्वारा साहब कहलाता है गुरुद्वारा श्री बारादरी, लेकिन इस बारे हले फिलहाल कुछ नहीं किया जा सकता। आपने एडमिन मिर्ज़ा बेग साहब गलबात करते हुए इन्फॉर्मेशन ले रहे ने गुरुद्वारे बारे, आपने एडमिन जिहड़े जेलम तो तशरीफ लैके आए ने, देखो बहुत प्यारा बड़ा पीसफुल आ ये जगह है, जिथे अमूमन मैं देखा कि गुरुद्वारे उस जगह पर बने ने जिहड़ी जगह थोड़ी पीसफुल होवे, जरा खुद थोड़ी खूबसूरत होवे, थोड़ी जिनी बाहर होवे ग्रां तो, और लोग जिहड़े ने उत्थे आके जरा सुकून महसूस करते सी। डेफिनेटली जो जिहड़ी कोई कोई जगह प्रेयर्स वास्ते इस्तेमाल होंदी सी वो सुकून वाली ही जगह यूज़ की जाती है। मैं थोड़ा अपना होस्ट बाबा जी और तुसी देख रहे हो गुरुद्वारा संतपुरा खारियां, फिर देखते रहो सेव हिस्टोरिकल प्लेसेस ऑफ पाकिस्तान, सेव गुरुद्वारा एंड टेंपल्स ऑफ पाकिस्तान, खोरे सच संताली दे पंजाब पेज, ग्रुप ज्वाइन करो प्यारा ननकाना, और अगर तुसी मेरे नाल फोटोशूट ते या वीडियो कंपोजिंग च ना लाना चाहते हो तो ज्वाइन करो मेरा क्लब पाकिस्तान हेरिटेज क्लब, रिसेंटली शुरू किया मैं।
ਗੁਰਦੁਆਰਾ ਸੰਤਪੁਰਾ।